ਚੌਥਾ ਦਿਨ ਹੋ ਗਿਆ ਜੀ। ਗੁੱਡ ਮਾਰਨਿੰਗ ਸਾਰਿਆਂ ਨੂੰ। ਅਤੇ ਆਪਾਂ ਮਨਾਲੀ ਰੁਕੇ ਹੋਏ ਹਾਂ ਅਤੇ ਆਹ ਸਾਡਾ ਰੂਮ ਆ, ਠੀਕ ਹੈ ਜੀ। ਹੁਣ ਆਪਾਂ ਲੱਗੇ ਹਾਂ ਚਾਹ ਪਾਣੀ ਬਣਾਉਣ, ਸਾਰਾ ਸਮਾਨ ਫੜ ਲਿਆਂਦਾ, ਆਂਡੇ ਉਂਡੇ ਬ੍ਰੈਡ ਬਰੁੱਡ ਨਾਲ ਚਾਹ ਬਣ ਰਹੀ ਆ, ਆਪ ਤੁਹਾਨੂੰ ਦਿਖਾਉਂਦੇ ਹਾਂ ਨਾਲ ਦੀ ਨਾਲ। ਆਹ ਆਪਣੀ ਚਾਹ ਤਰੀ ਆ, ਆਪ ਹੀ ਕੁਕਿੰਗ ਕਰਦੇ ਹਾਂ, ਤੁਹਾਨੂੰ ਪਤਾ ਭਾਂਡਾ ਸਾਡਾ ਦੂਜਾ ਹੀ ਆ, ਦੁੱਧ ਪੱਤੀ ਪੀਂਦੇ ਰਹੇ ਯਾਰ ਹੁਣੀ। ਹੁਣ ਆ ਲਓ ਫੱਦੀ ਨੇ ਇਹਨੇ ਚਾਹ ਪੀਣੀ ਆ, ਚਾਹ ਚੂ ਬਣਾ ਲਈ। ਦੂਜੀ ਢੋਲੀ ਸਹੀ ਰਹਿੰਦੀ ਆ, ਦੂਜੀ ਢੋਲੀ ਜਿਹੜੀ ਜਿਹੜੇ ਉੱਪਰ ਫਿੱਟ ਹੋ ਜਾਂਦਾ ਨਾ ਥੋੜੀ ਹੁੰਦੀ ਆ, ਛੋਟੀ ਢੋਲੀ ਕਹਿੰਦੇ ਉਹ ਲੈ, ਉਹ ਵਧੀਆ। ਆ ਜਾਓ ਫਿਰ ਖਵਾਉਂਦੇ ਆ ਤੁਹਾਨੂੰ ਆਮਲੇਟ ਬਣਾ ਕੇ। ਹੋ ਰਿਹਾ ਜੀ ਆਮਲੇਟ ਰੈਡੀ ਆ, ਦੇਖੋ ਆਮਲੇਟ ਆਪਣਾ ਬਣਨ ਲੱਗ ਗਿਆ, ਅਤੇ ਬਾਕੀ ਨਾਲ ਦੀ ਨਾਲ ਆਂਡੇ ਰੈਡੀ ਹੋ ਰਹੇ ਨੇ, ਮਿਕਸ ਹੋ ਕੇ ਅਤੇ ਆਮਲੇਟ ਬਣ ਰਿਹਾ। ਅਤੇ ਆ ਜਾਓ ਫਿਰ ਜਿਹਨੇ ਜਿਹਨੇ ਖਾਣਾ, ਨਹੀਂ ਫਿਰ ਅਸੀਂ ਮਿਲਦੇ ਹਾਂ ਤੁਹਾਨੂੰ ਫਿਰ ਖਾਣ ਤੋਂ ਬਾਅਦ। ਆਪਾਂ ਨਿਕਲਣ ਲੱਗੇ ਹਾਂ ਜੀ ਵਾਪਸ, ਘਰ ਵਾਪਸੀ ਕਰ ਲਈ ਆਪਾਂ, ਅਤੇ ਟਾਈਮ ਤਕਰੀਬਨ 11 ਵੱਜ ਚੁੱਕੇ ਨੇ। ਸਾਹਿਬ ਹੋਣੀ ਗੱਡੀ ਲੋਡ ਕਰਾਉਣ ਗਿਆ ਤੇ ਭਾਅ ਜੀ ਦੀ, ਉਹਦਾ ਥੋੜ੍ਹਾ ਪਾਣੀ ਜਿਹਾ ਲੀਕ ਹੋ ਰਿਹਾ ਸੀ, ਅਤੇ ਦੇਖਦੇ ਹਾਂ ਹਜੇ ਤਾਂ ਇੱਥੇ ਥੋੜ੍ਹੀ ਵੇਟ ਕਰ ਰਹੇ ਹਾਂ। ਜੇ ਤੁਹਾਨੂੰ ਜ਼ਿਆਦਾ ਟਾਈਮ ਲੱਗਦਾ ਹੋਇਆ ਤਾਂ ਆਪਾਂ ਦੁਬਾਰਾ ਫਿਰ ਮੋਲ ਮੂਲ ਰੋਡ ਜਾਂ ਇੱਥੇ ਕਿਤੇ ਜਾ ਆਵਾਂਗੇ, ਅਦਰਵਾਈਜ਼ ਫਿਰ ਆਪਾਂ ਨਿਕਲ ਪੈਣਾ ਨਹੀਂ ਪਿੰਡ ਲਈ। ਹਾਂਜੀ ਆਹ ਮਹਾਨ ਹਸਤੀਆਂ ਪਹੁੰਚ ਚੁੱਕੀਆਂ ਨੇ ਜੀ। ਕਿੰਨੇ ਘੰਟੇ ਵੇਟ ਕੀਤੀ ਆਪਾਂ ਹੈਪੀ? ਪੂਰੇ 2 ਘੰਟੇ 2 ਘੰਟੇ ਵੇਟ ਕੀਤੀ ਆ, ਅਤੇ ਅਜੇ ਅਸੀਂ ਮਨਾਲੀ ਹਾਂ, 1:15 ਹੋ ਗਿਆ। ਦੇਖਦੇ ਹਾਂ ਕਦੋਂ ਪਹੁੰਚਦੇ ਹਾਂ, ਕਿੱਥੇ ਡੇਰੇ ਲਾਉਂਦੇ ਆ, ਪਰ ਵੇਟ ਕਰਨੀ ਸੱਚੀ ਬਹੁਤ ਔਖੀ ਆ। ਪਰ ਕੰਮ ਵੀ ਕਹਿੰਦਾ ਗਲਤ ਸੀ ਮੁੰਡਾ, ਕਹਿੰਦਾ ਭਾਈ ਗੱਡੀ ਨਾਲ ਘਰ ਦੇ ਜਵਾਕ ਨਹੀਂ ਸੀਗੇ, ਨਾਲ ਭੈਣ ਸੀ, ਫਿਰ ਗੱਡੀ ਬਾਈ ਰਾਹ 'ਚ ਖਰਾਬ ਹੋ ਜਾਂਦੀ, ਬਹੁਤ ਔਖਾ ਹੋ ਜਾਂਦਾ ਫੈਮਿਲੀ ਨਾਲ। ਪਾਣੀ ਬੰਦਿਆਂ 'ਚ ਸੜਕ 'ਤੇ ਵੀ ਸੌ ਜਾਂਗੇ, ਪਾਣੀ ਅਸਲ 'ਚ ਖੜਦਾ ਨਹੀਂ ਸੀ ਨਾ, ਮਾੜਾ ਮੋਟਾ ਖੜਦਾ ਵੀ ਹੁੰਦਾ ਬੰਦਾ 50 ਕਿਲੋਮੀਟਰ 100 ਕੱਢ ਕੇ ਪਾ ਲੈਂਦਾ। ਜਵਾਕ ਉਹਨਾਂ ਦੇ ਚਲੋ ਮਿਲਦੇ ਆ ਜੀ, ਅੱਗੇ ਲਾਉਂਦੇ ਆ ਡੇਰੇ ਫਿਰ ਕਿਤੇ। ਕਿਵੇਂ ਹੋ ਸਾਰੇ? ਤੇ ਵਾਪਸੀ ਤੇ ਆਪਾਂ ਉੱਥੇ ਹੀ ਆ ਗਏ ਆ, ਦੁਬਾਰੇ ਜਾਂਦੇ ਆ, ਕੱਲ ਵੀ ਦੁਬਾਰੇ ਮੁੜ ਕੇ ਮਨਾਲੀ ਗਏ ਆਗੇ। ਹਾਂ ਹੁਣੇ ਦੁਬਾਰੇ ਇੱਥੇ ਆ ਗਏ, ਫੇਰ ਇੱਥੇ ਆ ਗਏ। ਮੈਂ ਹੁਣ ਕਿਹਾ ਵਿੱਕੀ ਨੂੰ ਵੀ ਵੀਰਾ ਬਣ ਕੇ ਪੈਰੀ ਹੱਥ ਲਵਾ ਲਾ ਵੀ ਨਦੀ 'ਚ ਨੂੰ ਨਾ ਜਾਈ। ਨਹੀਂ ਹੁਣ ਹੁਣ ਅਸੀਂ ਦੁਬਾਰੇ ਮੁੜ ਕੇ ਪਿੰਡ ਚੱਲੇ ਆ, ਉੱਥੋਂ ਫੇਰ ਨਹੀਂ ਆਉਣਾ। ਅਸੀਂ ਵੀਰੇ ਕਿਹਾ ਗਾ ਵੀ ਸਮਾਨ ਲੈ ਕੇ ਆਉਣਾ ਖਾਣ ਨੂੰ, ਅਸੀਂ ਗੱਡੀ ਨਹੀਂ ਲੈ ਕੇ ਗਏ, ਮੰਗ ਕੇ ਮੋਟਰ ਸਾਈਕਲ ਲੈ ਕੇ ਆ ਖੜਾ। ਆਹ ਮੋਟਰ ਖੜੇ ਨੇ, ਉਹ ਵੀਰ ਆਪਣੇ ਪਿੱਛੇ ਆਏ ਹੋਏ ਨੇ, ਉਹ ਬੈਠੇ ਨੇ, ਉਹ ਵੀ ਕੈਂਪਿੰਗ ਕਰਦੇ ਨੇ, ਉਹ ਬਣਾਉਣ ਲੱਗੇ ਉਹਨੇ ਆਪਦਾ ਸਿੱਧਾ ਪੱਤਾ ਸਾਡੇ ਵਾਂਗੂ। ਉਹਨਾਂ ਨੂੰ ਦੱਸਿਆ ਵੀ ਚੁੱਲ੍ਹੇ ਤੋਂ ਬਚੋ, ਸਾਨੂੰ ਆਦਤ ਪੈ ਗਈ ਹੁਣ, ਜੇ ਸਾਨੂੰ ਤਾਂ ਸਾਫ਼ ਆ ਗਿਆ ਇਹ ਜਿਹਾ ਬਲਾਸਟ ਹੁੰਦਾ ਇੱਕਦਮ ਅੱਗ ਲੱਗਦੀ ਹੈ। ਇਹ ਤਾਂ ਚਲੋ ਫਿਰ ਵੀ ਕੰਟਰੋਲ ਕਰਕੇ ਉਹਨੂੰ ਸਮਝਾਇਆ, ਅਤੇ ਬਾਕੀ ਹੁਣ ਆਪਾਂ ਪੂਰਾ ਐਨ ਫਿਰ ਤਿਆਰ ਕਰਨ ਲੱਗੇ ਹਾਂ, ਉਹੀ ਪਾਸਤਾ ਮੈਗੀਆਂ ਲਟਰਮ ਫਟਰਮ, ਅਤੇ ਆ ਜਾਓ ਫਿਰ ਜਿਹਨੇ ਜਿਹਨੇ ਖਾਣਾ ਭੱਜਿਆ ਜੀ। ਪਾਸਤਾ ਬਣ ਲੱਗੇ ਜੀ, ਚੁੱਲ੍ਹਾ ਕਰ ਲਿਆ ਕਵਰ ਵਾਲੇ ਦਾਲੇ, ਹਵਾ ਬਹੁਤ ਪੈ ਰਹੀ ਸੀਗੀ, ਅਤੇ ਮੁੰਡੇ ਕਹਿੰਦੇ ਪਾਸਤਾ ਕਹਿਣਾ ਸਾਲੇ ਸਪਾਈਸੀ ਬਣਾ ਬਣਾ ਕੇ ਇਹਨਾਂ ਨੇ ਤੰਗ ਕਰਿਆ ਪਿਆ। ਮਤਲਬ ਸਾਡੀ ਸਾਰੀ ਜ਼ਿੰਦਗੀ ਸੰਘਰਸ਼ ਭਰੀ ਜਿਹੜੇ ਟੂਰ ਤੇ ਜਾਂਦੇ ਅਸੀਂ, ਉਹ ਗੱਲ ਹੋ ਗਈ ਨਾ, ਕਹਿੰਦਾ ਬੱਲ ਨੂੰ ਪੁੱਛਿਆ ਉਹਦੀ ਸਹੇਲੀ ਨੇ, ਕਹਿੰਦਾ ਮੁਸੀਬਤਾਂ 'ਚ ਹੋਈਦਾ ਜਦੋਂ ਹੋਈਦਾ, ਗੱਡੀ ਮੁਸੀਬਤਾਂ 'ਚ, ਕਦੇ ਪ੍ਰਾਹੁਣੇ ਵਾਲੀ ਗੱਡੀ ਮੁਸੀਬਤਾਂ 'ਚ, ਕਦੇ ਚੁੱਲ੍ਹੇ ਨੂੰ ਅੱਗ ਲੱਗੀ, ਅਸੀਂ ਮੁਸੀਬਤਾਂ 'ਚ ਹੀ ਹੋਈਦਾ। ਚੈੱਕ ਕਰੋ ਦੇਖੋ, ਨਾਲ ਹੁਣ ਟਮਾਟਰ ਪੈ ਰਹੇ ਨੇ, ਸਹੂਲਤ ਫੁੱਲ ਆ ਸਾਡੇ ਕੋਲ, ਦੇਖੋ ਟਮਾਟਰ ਪੈ ਰਹੇ ਨੇ ਨਾਲ, ਥੋੜੇ ਬਰੀਕ ਕੱਟ ਲਾ, ਘਰੇ ਰਹਿ ਗਈ ਨਹੀਂ ਤਾਂ ਅਸੀਂ ਕਰੀਮ ਇੱਕ ਘਰੇ ਰਹਿ ਗਈ, ਇੱਕ ਅਸੀਂ ਮੁਕਾਤੀ। ਦੇਖੋ ਪਾਸਤਾ ਚੈੱਕ ਕਰੋ, ਸਮਾਨ ਖਾਸਾ ਹੀ ਉਤਲ ਪੁਤਲ ਹੋ ਗਿਆ ਵੈਸੇ ਤਾਂ ਸਾਡਾ, ਕਿਉਂ ਦੱਸੋ ਕਿਵੇਂ ਲੱਗਦਾ ਕਲਰ ਕੁਲਰ ਘੈਂਟ ਆ? ਮੈਗੀਆਂ ਪਾਸਤੇ ਚੱਲਦੇ ਆ ਪੂਰੇ ਜੀ, ਖਾਣ ਲੱਗੇ ਆ ਸਾਰੇ ਬੰਦੇ, ਖਾ ਕੇ ਚੱਲੀਏ ਦੁਬਾਰਾ। ਹਾਂਜੀ ਹਾਂ ਚਲੋ, ਕਿੱਥੇ ਨੂੰ? ਪਿੰਡ ਨੂੰ, ਇਹ ਤੋਂ ਬਾਅਦ ਚੱਲਣ ਲੱਗੇ ਜੀ ਪਿੰਡ ਨੂੰ ਖਾ ਕੇ ਪਾਸਤਾ। ਹੁਣ ਆਪਾਂ ਇੱਥੋਂ ਨਿਕਲਣ ਲੱਗੇ ਹਾਂ, ਅਤੇ ਹੁਣ ਆਪਾਂ ਦੇਖਦੇ ਹਾਂ ਮੰਡੀ ਪਾਰ ਕਰਕੇ ਰੁਕਾਂਗੇ ਨਾ, ਮੰਡੀ ਰੁਕਾਂਗੇ ਨਾ, ਮੰਡੀ ਤੋਂ ਘਰੇ ਪਹੁੰਚ ਜਾਵਾਂਗੇ, ਸਕਲਾਂ ਸਾਡੀਆਂ ਆਏ ਹੋਈਆਂ ਬਸ, ਹੁਣ ਤੁਹਾਨੂੰ ਕੀ ਕਹੀਏ, ਘਰ ਦੇ ਵੀ ਕਹਿੰਦੇ ਮੁੜਿਆ ਹੁਣ, ਅਤੇ
ਦੇਖ ਲੈ ਇੱਥੇ ਰੁਕਾਂਗੇ ਆਪਾਂ, ਫਿਰ ਕਰਦੇ ਹਾਂ ਜਾਓ, ਹੈ ਨਾ ਆ ਜਾਓ। ਸਾਰੀ ਸ਼ੌਪ ਬਾਦ ਆਂਗੇ ਯਾਰਾ ਨਾ, ਤੇਰੇ ਨਾਂ ਤੇ ਨੋਟ ਚਲਾ ਦਾਂਗੇ। ਹਾਂਜੀ, ਅਤੇ ਸੁੰਦਰ ਨਗਰ ਤੋਂ ਅੱਗੇ ਆ ਗਿਆ। ਦੇਖੋ ਜੀ ਪਾਣੀ ਕਿੱਦਾਂ ਨਾ, ਇੱਥੇ ਲੋਕਾਂ ਨੂੰ ਪਾਣੀ ਲਈ ਕਿੰਨਾ ਮਤਲਬ ਮੁਸੀਬਤ ਝੱਲਣੀ ਪੈਂਦੀ ਹੈ, ਅਤੇ ਪਾਣੀ ਕਿੱਦਾਂ ਗੱਡੀਆਂ 'ਚ ਲਿਆ ਕੇ ਅੱਗੇ ਪੀਪੀਆਂ 'ਚ ਪਾ ਕੇ ਯੂਜ਼ ਕਰਦੇ ਆ, ਅਤੇ ਪਾਣੀ ਵੀ ਦੇਖੋ ਆਪਣੇ ਵਰਗਾ ਹੈ ਨਹੀਂ ਗਾ। ਪਰ ਪੰਜਾਬ ਦੇ ਵਿੱਚ ਵੀ ਅੱਜ ਦੇ ਟਾਈਮ 'ਚ ਬਹੁਤ ਮਾੜੇ ਹਾਲਾਤ ਨੇ ਨਾ, ਤੁਹਾਨੂੰ ਪਤਾ ਹੈ ਕਿ ਪਾਣੀ ਅਤੇ ਉੱਤੋਂ ਗਰਮੀ। ਸੋ ਜਿੰਨਾ ਕੁ ਬਚਾਅ ਹੁੰਦਾ ਬਚਾ ਲਓ ਭਰਾਵੋ, ਨਹੀਂ ਆਪਾਂ ਵੀ ਇੱਦਾਂ ਹੀ ਗੱਡੀਆਂ ਚੱਕ ਕੇ ਕਦੇ ਸੋਇਆਂ ਨਹਿਰਾਂ ਕੱਛੀਆਂ ਤੋਂ ਲੈ ਕੇ ਆਇਆ ਕਰਾਂਗੇ, ਬੁਰਾ ਹਾਲ ਹੋ ਜਾਣਾ ਆਪਣਾ ਵੀ। ਸੋ ਸੇਵ ਵਾਟਰ, ਠੀਕ ਹੈ ਜੀ। ਲਾ ਲਏ ਯਾਰਾਂ ਨੇ ਡੇਰੇ, ਫਿਰ ਸੜਕ ਦੇ ਕੰਢੇ 'ਤੇ ਹੀ ਲਾ ਲਏ ਐਤਕੀ। ਆ ਮੁੰਡਾ ਕਹਿੰਦਾ ਮੈਂ ਸਲਿਮ ਹੋ ਗਿਆ, ਮੇਰਾ ਤਾਂ ਕੱਚਾ ਥੱਲੇ ਨੂੰ ਆਉਣ ਲੱਗ ਗਿਆ ਪਹਾੜਾਂ 'ਤੇ ਜਾ ਕੇ। ਕਹਿੰਦਾ ਜੇ ਮੋਬਾਈਲ ਪਾ ਲਿਆ ਵਿੱਚ ਕੱਚਾ ਡਿੱਪਣਾ, ਕਹਿੰਦਾ ਮੇਰਾ ਥੱਲੇ। ਹੋਰ ਯਾਰ ਆਹ ਵਜਨ ਘੱਟ ਗਿਆ, ਸੋਹਣ ਲੱਗੇ, ਮਜ਼ਾਕ ਨਹੀਂ ਕਰਦਾ, ਮੇਰਾ ਵਜਨ ਘੱਟ ਗਿਆ। ਆ ਪਹਾੜੀਆਂ ਚੜ੍ਹ ਚੜ੍ਹ ਨਾ, ਅਤੇ ਆਹ ਦੇਖੋ ਜੀ ਫਿਰ ਆਪਣੀ ਡਿਨਰ ਦੀ ਤਿਆਰੀ ਆ। ਡਿਨਰ ਤਾਂ ਨਹੀਂ ਕਹਿ ਸਕਦੇ, ਮਤਲਬ ਉੱਦਾਂ ਕੁਛ ਬਣਾਉਣ ਲੱਗੇ ਆ। ਇਹ ਕੀ ਆ, ਇਹ ਉਹੀ ਆ, ਇਹ ਜਿਹੜਾ ਉਹੀ ਹੁੰਦਾ। ਅਤੇ ਆਹ ਦੇਖੋ ਨਾਲ ਹਾਈਵੇ ਚੱਲ ਰਿਹਾ, ਅਤੇ ਆਹ ਗੱਡੀ ਲਾ ਲਈ ਆਪਾਂ ਪਹਾੜਾਂ ਦੇ ਕੰਢੇ 'ਤੇ, ਅਤੇ ਆਹ ਕਿਸੇ ਦਾ ਟਰੱਕ ਖੜ੍ਹਾ, ਅਤੇ ਆਪਾਂ ਇੱਥੇ ਕੁਕਿੰਗ ਕਰਨ ਲੱਗੇ ਹਾਂ। ਆ ਜਾਓ ਫਿਰ, ਜਿਹਨੇ ਕੁਛ ਖਾਣਾ ਭੱਜਿਆ ਹੋਣਾ ਜੀ। ਚਾੜਤਾ ਹੀ ਜਿਵੇਂ ਕਹਿੰਦੇ ਛੜਿਆ ਨਾ ਚੁੱਲ੍ਹੇ, ਮੀਟ ਚਾੜਤਾ ਉਹ ਕੰਮ ਆ ਸਾਡਾ, ਚਾੜਤਾ ਹੀ ਚੁੱਲ੍ਹਾ ਦੇਖ ਲਓ। ਅਤੇ ਹੁਣ ਬਣਾਉਣ ਲੱਗੇ ਹਾਂ ਜੀ ਆਪਾਂ ਮਕਰੋਨੀ, ਅੱਜ ਆਪਾਂ ਮਕਰੋਨੀ ਬਣਾਵਾਂਗੇ। ਬਹੁਤ ਪਾਸਤੇ ਪੂਸਤੇ ਬਹੁਤ ਖਾ ਲਏ, ਮੈਗੀਆਂ ਮੂਗੀਆਂ, ਹੁਣ ਮਕਰੋਨੀ ਬਣਾਉਣੀ ਆ। ਦੇਖੋ ਫਿਰ ਪੂਰਾ ਫੀਲ ਆਉਂਦਾ ਨਾ ਸੜਕ ਕਿਨਾਰੇ, ਮਾਹੌਲ ਬਣਿਆ ਪਿਆ। ਇਹੀ ਕਿ ਜਾਂਦੇ ਜਾਂਦੇ ਨੂੰ ਪੂਰਾ ਇੰਜੋਏ ਕਰਕੇ ਜਾਣਾ ਆਪਾਂ, ਇਹ ਨੀ ਜਾਣਾ ਹੈਗਾ। ਲੋਕ ਜਾਂਦੇ ਜਾਂਦੇ ਚੌ ਚ ਜਾਂਦੇ ਹੁੰਦੇ ਨੇ ਮਨਾਲੀ ਨੂੰ, ਜਿਹੜੇ ਆਉਂਦੇ ਹੁੰਦੇ ਨੇ ਮੂੰਹ ਸਿੱਟੇ ਹੁੰਦੇ ਨੇ, ਸਾਡਾ ਆਉਂਦੇ ਆਉਂਦੇ ਮੂੰਹ ਉੱਚਾ ਹੀ ਸੀ, ਜਿਵੇਂ ਪ੍ਰਾਹੁਣਾ ਜੰਜ ਵੇਲੇ ਜੰਜਪੁਰੀ ਚੜਾਈ ਜਾਂਦੀ ਹੁੰਦੀ ਆ, ਉਹ ਗੱਲ ਆ। ਪਰ ਅਸੀਂ ਮੁੜਦੇ ਹੋਏ ਵੀ ਜੰਜ ਦੀ ਚੜਾਈ ਵਾਲੇ ਆ, ਆਉਂਦੇ ਹੋਏ ਵੀ ਨੱਚਦੇ ਹੀ ਆਏਗੇ, ਉਹ ਇੰਜੋਏ ਕਰਦੇ ਨੇ। ਆਪਾਂ ਜੀ ਆਪਣੇ ਕੀਰਤਪੁਰ ਸਾਹਿਬ ਲੰਘਾ ਆ, ਅਤੇ ਹੁਣ ਰੋਪੜ ਵਾਲੇ ਰੋਡ 'ਤੇ ਆ, ਅਤੇ ਰਾਤ ਨੂੰ ਕੁਛ ਖਾਣਾ ਪੀਣਾ ਸੀਗਾ, ਅਤੇ ਅਸੀਂ ਬਣਾਉਣ ਲੱਗੇ ਰਾਤ ਦੀ ਰੋਟੀ ਪਾਣੀ ਦਾ ਪ੍ਰਬੰਧ ਕਰਨ ਲੱਗੇ ਹਾਂ। ਸੰਘਰਸ਼ ਦੀ ਲੰਘੀ ਜ਼ਿੰਦਗੀ, ਬਾਲੂਣਾ ਕੀ ਕਹਿੰਦਾ, ਬਾਲੂਣਾ ਵੀ ਤਾਂ ਕਿੱਥੇ ਨੇ, ਬਾਲੂਣੀ ਮੁਸੀਬਤਾਂ ਨਹੀਂ ਹੁੰਦੀਆਂ ਨਾ, ਮੁਸੀਬਤਾਂ ਦੀ ਨੇ ਬਾਲੂਣੀ, ਕਿਤੇ ਨਹੀਂ ਹੈਗੇ। ਪਹਿਲਾਂ ਅਸੀਂ ਰੋਡ ਭੁੱਲ ਗਏ, ਉਸ ਤੋਂ ਬਾਅਦ ਦੇ ਵਿੱਚ ਖਾਣ ਪੀਣਾ ਭੁੱਲ ਗਏ। ਕਿਹੜੇ ਰੋਡ 'ਤੇ ਜਾ ਵੜੇ, ਕਿੰਨੇ ਕਿਲੋਮੀਟਰ ਤੋਂ ਮੁੜਿਆ ਅਸੀਂ, 30-40 ਕਿਲੋਮੀਟਰ ਅੱਗੇ ਲੰਘ ਗਏ ਸੀਗੇ, ਰੋਡ ਹੀ ਮੁੱਕ ਗਿਆ ਜਿੱਧਰ ਨੂੰ ਚਲੇ ਗਏ ਸੀ। ਮੈਪ ਧੋਖਾ ਦੇ ਗਿਆ ਜੀ, ਮੈਪ ਨਹੀਂ, ਰੋਡ ਹੀ ਭੁੱਲ ਗਏ ਸੀ। ਸਹੀ ਗੱਲ, ਚਲੋ। ਤੇ ਆਹ ਗੱਡੀ ਲਾ ਦਈਏ ਨਾਲ ਪੰਪ, ਇੱਥੋਂ ਆਪਾਂ ਤੇਲ ਪਾਉਣਾ। ਨਾਨਕ ਦੁਖੀ ਆ ਸਭ ਸੰਸਾਰ, ਗੱਲ ਸਹੀ ਆ। ਨਾਲ ਪੰਪ ਜੀ ਇੱਥੋਂ ਤੇਲ ਪਾਉਣਾ, ਤੇ ਆਹ ਗੱਡੀ ਲਾ ਕੇ ਲਾਈਟਾਂ ਲਾ ਕੇ, ਤੇ ਹੁਣ ਆਪਾਂ ਲੱਗੇ ਆ। ਪਿਆਜ਼ ਕੱਟ ਰਿਹਾ, ਕਹਿੰਦਾ ਮੂੰਹ ਨਾ ਦਿਖਾਓ, ਆਰਤੀ ਦਿਖਾ ਦਿਓ ਮੇਰੇ, ਕੁਕਿੰਗ ਕਰ, ਕਹਿੰਦਾ ਮੇਰੇ ਉਦੋਂ ਬਾਅਦ 'ਚ ਹੱਥ ਵੜ ਦਿਓ। ਉਹਦੇ ਮੰਮੀ ਨੇ ਤਾਜ ਮਹਿਲ ਬਣਾਇਆ ਸੀ, ਅਰੇ ਆਪਾਂ ਹੁਣ ਹੱਥ ਵੜ ਦੇਣਾ ਇਹਨੂੰ, ਕਈ ਦਿਨ ਹੋ ਗਏ ਜੀ ਕੁਕਿੰਗ ਕਰਦੇ ਨੂੰ। ਹੁਣ ਆਪਾਂ ਖਾ ਪੀ ਕੇ ਰਾਤ ਦੇ ਮਤਲਬ ਡਿਨਰ ਦਾ ਹੁਣ ਇੰਤਜ਼ਾਮ ਕਰਨ ਲੱਗਿਆ, ਮੁੰਡਾ ਦਾਲ ਸਬਜ਼ੀ ਬਣਾਉਣ ਲੱਗਿਆ। ਅਤੇ ਚਲੋ ਜੀ ਹੁਣ ਅਕੋਰਡਿੰਗ ਟੂ ਮੀ ਤਾਂ ਬਲੌਗ ਆਪਾਂ ਨੂੰ ਖਤਮ ਕਰਨਾ ਚਾਹੀਦਾ, ਬਾਕੀ ਜੇ ਕੋਈ ਹੋਇਆ ਤਾਂ ਆਪਾਂ ਰਾਹ 'ਚ ਬਣਾਵਾਂਗੇ, ਨਹੀਂ ਫਿਰ ਮਿਲਦੇ ਹਾਂ ਜੀ ਨੈਕਸਟ ਬਲੌਗ 'ਚ।